ਹਾਂ ਜੀ ਜੀ ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ ਮੇਰੇ ਪਿਆਰੇ ਭੈਣਾਂ ਭਾਈਓ, ਕੀ ਹਾਲ ਨੇ ਤੁਹਾਡੇ? ਮਿਹਨਤ ਕਰਨੀ ਆ, ਠੀਕ ਹੋ? ਸੋ ਅਲਹਮਦੁਲਿਲਾ, ਅਸੀਂ ਵੀ ਠੀਕ ਠਾਕ, ਹੱਸਦੇ ਰਹੋ, ਵਸਦੇ ਰਹੋ, ਜਹਾਂ ਵੀ ਰਹੋ ਖੁਸ਼ ਰਹੋ, ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਬਾਦ ਰੱਖੇ, ਅੱਲਾਹ ਪਾਕ ਜਿਹੜਾ ਨਾ ਹਰ ਵਕਤ ਤੁਹਾਨੂੰ ਪੰਜ ਵਕਤ ਨਮਾਜ਼ ਪੜ੍ਹਨ ਦੀ ਤੋਫੀਕ ਦੇਵੇ, ਅਤੇ ਨਾਲ ਸਾਨੂੰ ਵੀ ਪੰਜ ਵਕਤ ਨਮਾਜ਼ ਪੜ੍ਹਨ ਦੀ ਤੋਫੀਕ, ਸਾਡੇ ਬੱਚਿਆਂ ਨੂੰ, ਤੁਹਾਡੇ ਬੱਚਿਆਂ ਨੂੰ, ਅੱਲਾਹ ਪਾਕ ਜਿਹੜਾ ਨਾ ਸੁਨਨਾ ਅਤੇ ਰਸੂਲ ਦੇ ਰਾਹ 'ਤੇ ਚੱਲਣ ਦੀ ਤੋਫੀਕ ਦੇਵੇ, ਅੱਲਾਹ ਪਾਕ ਹਰ ਨੂੰ ਖੁਸ਼ ਅਤੇ ਆਬਾਦ ਰੱਖੇ, ਆਮੀਨ। ਹਾਂਜੀ, ਤੇ ਮੈਂ ਪਹੁੰਚ ਆਈ ਆ ਬਹਿਣ ਵਾਲੇ, ਤੇ ਬਹਿਣ ਜਿਹੜੀ ਇਹਨਾਂ ਦਾ ਘਰ ਦਾ ਭੌਂਕਾ ਨਾ ਕਿਲਾਰਾ ਕੀਤੀ ਬੈਠੀ ਆਈ। ਹਾਂਜੀ, ਤੇ ਅਸਲਾਮ ਵਾਲੇਕੁਮ ਮੇਰੇ ਭੈਣ ਭਾਈਆਂ, ਉਮੀਦ ਕਰਨੀ ਠੀਕ ਹੋ? ਸੋ ਅਲਹਮਦੁਲਿਲਾ ਅਸੀਂ ਵੀ ਠੀਕ ਹਾਂ, ਤੇ ਘਰ ਦੀ ਜਿਹੜੀ ਇਹਨਾਂ ਸਫਾਈ ਵੀ ਉਹ ਤੁਹਾਨੂੰ ਪਤਾ ਨਬੀ ਪਾਕ ਦੀ ਸੁਨਤ ਹੈ, ਤੇ ਜਿਹੜਾ ਨਾ ਮੈਂ ਘਰ ਦੀ ਜਿਹੜੀ ਥੋੜ੍ਹੀ ਸੈਟਿੰਗ ਚੇਂਜ ਕੀਤੀ ਹੈ, ਤੇ ਆਹ ਵੇਖੋ ਮੈਂ ਨਾ ਮੰਜੀਆਂ, ਤੇ ਜਿਹੜਾ ਨਾ ਪੇਟੀ ਲਿਆ ਕੇ ਨਾ ਇੱਥੇ ਰੱਖ ਛੱਡੀ ਦਾ ਬੈੱਡ, ਜਿਹੜੇ ਨਾ ਇੱਥੇ ਬੈੱਡ ਟੁੱਟਾ ਹੋਇਆ ਹਾ ਉਹ ਤੁਸੀਂ ਕਾਢ ਛੱਡਿਆ, ਉਸ ਕੋਠੇ 'ਚ ਰੱਖਿਆ, ਤੇ ਆਹ ਜਿਹੜਾ ਨਾ ਲਿਆ ਕੇ ਇੱਥੇ 'ਚ ਰੱਖੇ ਨੇ, ਹਾਲੇ ਸਫਾਈ ਕਰਦੀਆਂ ਵਧੀਆ, ਤੇ ਲੇਕਿਨ ਇਹ ਆਖਿਆ ਵੀ ਜੱਟ ਸਾਹਿਬ ਕੱਢ ਲਈਏ, ਲੇਕਿਨ ਇਹਦੀ ਤਬੀਅਤ ਖਰਾਬ ਆਈ, ਤੇ ਮੈਂ ਬਾਹਰ ਕਹੀ ਆ ਵੀ ਬਾਹਰ ਜੈਸਾ ਕਿ ਨਹੀਂ ਬਹਿਣ ਤੋਂ ਇਕੱਲੀ ਕਰਦੀ ਬਣੀ ਆ, ਤੇ ਮੈਂ ਵੀ ਤੇਰੇ ਨਾਲ ਕਰਾਉਂਦੀ ਹਾਂ, ਥੋੜ੍ਹਾ ਬਹੁਤਾ ਇਸ ਕੀਤਾ ਨਾਲ ਮੈਂ ਵੀ ਕੀਤਾ ਨਾਲ ਇੱਕ ਤੁਹਾਡੇ ਨਾਲ ਹੀ, ਕਿਉਂਕਿ ਬੈੱਡ ਵੀ ਵੱਜਣੀ ਆ, ਪੇਟੀ ਵੀ ਵੱਜਣੀ ਆ, ਇੱਕ ਬਾਕੀ ਹੁਣ ਥੋੜ੍ਹਾ ਥੋੜ੍ਹਾ ਕਰਦੇ ਕਰਦੇ ਤੁਹਾਨੂੰ ਪਤਾ ਹੀ ਆ ਵੀ ਸਾਹਿਬ ਆ ਜਾਂਦਾ, ਮੈਂ ਖਿਲਾਰਾ ਕਾਫੀ ਜ਼ਿਆਦਾ ਪਿਆ ਹੋਇਆ, ਬਾਕੀ ਰੱਖ ਲਿਆ ਪਿਆ ਖਿਲਾਰਾ, ਬਾਕੀ ਹੁਣ ਪੁੱਜਣੀਆਂ ਹਾਂ, ਤੇ ਫੈਲਾ ਤਾਂ ਬੜਾ ਜ਼ਿਆਦਾ ਖਿਲ ਰਿਹਾ ਪਿਆ, ਬੈਨ ਕਰ ਲਈ ਸੀ, ਮੈਂ ਜਾਂਦੀ ਆ ਮਾਂ ਸ਼ਾਮ ਹੋਈ ਖਲੋਤੀ ਆ, ਤੇ ਜਿਹੜਾ ਨਾ ਇਹ ਸਾਖ ਕੇ ਪੰਜਾਬ ਜਾਂਦੀ ਆ, ਆਪਦੀ ਤਬੀਅਤ ਸਹੀ ਨਹੀਂ ਸੋਇਆ, ਕੋ ਗੋਲੀਆਂ ਛੋਲੀਆਂ ਲੈਣੀ ਆ, ਉੱਥੇ ਪੈਣਾ ਡਾਮ ਲੈ ਲਈ ਸਦਰਾ ਮਾਂ ਜਸੇਲਾ ਕਰ ਸਦਾ, ਅਗਾ ਤਾਂ ਡਾਕਟਰਾਂ ਦੇ ਮੂੰਹ ਪੱਟੇ ਪੈਣੇ, ਇਤਨੇ ਇੰਨੇ ਮਹਿੰਗੀਆਂ ਦਵਾਈਆਂ ਦਿੰਦੇ ਨੇ, ਛੱਡ ਗੱਲਾਂ ਦੇ ਨਾ, ਬੰਦੇ ਦੀ ਇਤਨੀ ਗੁੰਜਾਇਸ਼ ਹੁੰਦੀ ਹੈ ਨਾ, ਮਗਰੋਂ ਇਤਨੀ ਦਿਹਾੜੀ ਲੱਗਦੀ ਜਿਤਨੇ ਅਗਰ ਡਾਕਟਰ ਲੈ ਲੈਂਦੇ ਨੇ, ਇਵੇਂ ਕਰ ਲੈਣਾ ਬੈਰ, ਮੈਂ ਤਾਂ ਮੁੜ ਪੁੱਛੋ ਤਾਂ ਡਾਕਟਰ ਤੇ ਜਾਂਦੀ ਨਹੀਂ, ਅਗਰ ਹੋਵੇ ਗੁੰਜਾਇਸ਼ ਤਾਂ ਮੁੜ ਤਾਂ ਵਗ ਜਿੰਦਾ, ਨਹੀਂ ਤਾਂ ਆਮ ਬੁਖਾਰ ਹੋ ਜਾਵੇ, ਖਾਂਸੀ ਹੋ ਜਾਵੇ, ਤਕਲੀਫ ਹੋ ਜਾਵੇ, ਮੇਦਾ ਖਰਾਬ ਹੋਇਆ ਬੰਦਾ ਹੈ, ਬਾਕੀ ਬੁਖਾਰ ਚੜਿਆ ਬੰਦਾ ਹੈ, ਮੋਟੀ ਮੈਂ ਡਾਕਟਰ ਸੇ ਨਹੀਂ ਗਈ, ਮੈਂ ਤਾਂ ਬਹਿ ਕੇ 500,000 ਉਹ ਸਾਥ ਨਾਲ ਰੇਟ ਤੇ ਦਿੱਤੀ ਜਾਓ, ਹਰ ਕੋਈ ਬਿਮਾਰ ਹੋ ਜਾਂਦਾ ਤਬਦੀਲੀ ਦੀ ਵਜ੍ਹਾ ਤੋਂ, ਮੌਸਮ ਅਗਰ ਸਰਦੀ ਚ ਪੈ ਗਿਆ। ਹਾਂਜੀ, ਤੇ ਆਹ ਜਿਹੜਾ ਨਾ ਖਿਲਾਰਾ ਬਣਿਆ ਪਿਆ ਇਸੋਂ, ਆਪੇ ਕੁੰਜ ਦੀ ਵੱਤ ਸੀ, ਮੈਂ ਤੁਹਾਨੂੰ ਘਰ ਨੂੰ ਜਾਊਂ, ਬਹੁ ਕਰ ਦੇਵਾਂ ਨਾਲੀ ਹੈ, ਬਸ ਕੁੰਜ ਲਈ ਸੀ ਬਣ, ਨਿਰਾਸ਼ ਤਾਂ ਨਹੀਂ ਹੁੰਦੀ ਹੈ? ਨਹੀਂ ਭੈਣ, ਚਾਹ ਤਾਂ ਮੈਂ ਪੀਣੀ ਆਈ, ਚਲੋ ਦੁੱਧ ਕੋਈ ਨਹੀਂ ਆ ਤਾਂ ਗੁਜ਼ਾਰਾ ਕਰ ਲਈ ਸਾ, ਜੋੜੀ ਖਲੀ ਹੈ ਸਾਰਾ ਟੁੱਟਾ ਪਿਆ ਇਸੋਂ, ਟੁੱਟ ਗਿਆ ਤੇ ਬੈਠ ਤੇ ਆ ਵੀ ਹਲਕਾ ਹੀ ਐ, ਡੈ ਵੀ ਕੋਈ ਉੱਤੇ ਅੱਗੇ ਬੈਠਿਆ ਪਤਾ ਲੱਗ ਗਿਆ, ਆ ਬੈਨਾ ਸਹੀ ਹੈ ਬੈਨ, ਜਿਹੜਾ ਸ਼ਾਇ ਹੋਵੇ ਅੱਲਾ ਦਾ ਸ਼ੁਕਰ ਹੁੰਦੇ ਅੱਜ ਗੁਜ਼ਾਰਾ ਕਰੀਏ, ਐ ਨਹੀਂ ਜੀ ਬਸ ਥੋੜੇ ਜਿਹੇ ਵਿੱਚ ਲਾਰ ਕੋਈ ਨਹੀਂ, ਤੈਨੂੰ ਪਤਾ ਗੱਤੇ ਦੀ ਛੱਤ ਤੇ ਲਾਰ ਕੋਈ ਨਹੀਂ, ਇੱਥੇ ਲਾਰ ਕੋਈ ਨਹੀਂ, ਵਿਚਲੀ ਹੈ ਨਹੀਂ ਬਈ, ਇਹਨਾਂ ਬੈਠ ਦੇ ਵਿੱਚ ਦਰਮਿਆਨ ਵਿੱਚ ਇੱਕ ਮੋਟੀ ਲੱਕੜ ਲੱਗੀ ਹੁੰਦੀ, ਉਹ ਕੋਈ ਨਹੀਂ ਹੈ, ਉਹ ਹੁੰਦੀ ਨਾ ਤਾਂ ਮੁੜ ਮਜ਼ਬੂਤ ਆ, ਤੂੰ ਤਾਂ ਗੱਦਾ ਇਸ ਦੂਹਾ 'ਚ ਰੱਖਿਆ ਵੀ ਚਲੋ ਬਾਲਾਂ ਬੱਚਿਆਂ ਬਹਾਨਾ ਹੁੰਦਾ ਹੈ, ਅਤੇ ਉਹ ਜਿਹੜਾ ਨਾ ਬਾਲ ਬੱਚੇ ਬਸ ਅਤੇ ਤਰੋਟ ਨਾ ਜਾਵੇ ਵੀ ਉੱਤੇ, ਮੈਂ ਗੱਦਾ ਜਿਹੜਾ ਨਹੀਂ ਇੱਕੋ ਜਿਹੜਾ ਰੱਖ ਲਈ, ਹੁਣ ਮੈਂ ਜਾਂਦੀ ਹਾਂ ਘਰ ਨੂੰ। ਹਾਂਜੀ, ਅਤੇ ਆਹ ਜਿਹੜਾ ਨਾ ਬੈੱਡ ਦੀ ਸੈਟਿੰਗ ਇੱਥੇ 'ਚ ਕੀਤੀ ਹੈ, ਅਤੇ ਜਿਹੜੀ ਪੇਟੀ ਹੈ ਨਾ ਉਹ ਵਾਹ 'ਚ ਰੱਖੀ ਹੈ, ਅਤੇ ਭੈਣ ਹੋਰੀ
ਇਧਰਲੇ ਗੱਦੇ ਬੈਡ ਉੱਤੇ ਜਿਹੜਾ ਹੈ ਨਾ, ਹਾਂ ਇੱਦਾਂ ਗੱਦਾ ਲਿਆ ਕੇ ਰੱਖਿਆ ਉਹ ਮੁੜ ਉਸ ਬੈਡ ਨੂੰ ਨਿੱਕਾ ਨਾ ਮੁੜ ਦੋ ਪਲਾਂ ਗਏ, ਹਾਂ ਮੁੜ ਮੈਂ ਕਿੱਥੇ ਰੱਖਣੀ ਚਾਹ ਹਾਂਜੀ ਤੇ ਮੈਂ ਜਿਹੜਾ ਨਾ ਘਰ ਜਾਂਦੀ ਪਈ ਆਸੂ ਤੇ ਰਾਹ 'ਚ ਮੇਰੀ ਜੁੱਤੀ ਜਿਹੜੀ ਹੈ ਨਾ ਸਾਰੀ ਆ ਟੁੱਟ ਗਈ, ਹੁਣ ਟੁਰਿੰਦਾ ਹੀ ਨਹੀਂ ਪਿਆ ਜੁੱਤੀ ਤੋਂ, ਹੁਣ ਟੁਰਿੰਦਾ ਹੀ ਨਹੀਂ ਪਿਆ ਟੁਰਨਾ ਹੀ ਆਈ ਨਾ ਅੱਜ ਤੂੰ ਵੇਖੋ ਕਿਵੇਂ ਮੁਸ਼ਕਿਲ ਬਣਿਆ ਖਲਾ ਹਾਂਜੀ ਤੇ ਹੁਣ ਜਿਹੜਾ ਹੈ ਨਾ ਬਹੁਤ ਮੁਸ਼ਕਿਲ ਟੁਰਿਆ ਜਾਂਦਾ ਪਿਆ ਅੱਲਾ ਹੁੰਦੇ ਸੀ ਪੈਸੇ ਤਾਂ ਲਵੀ ਸੀ ਹਲ ਵਏ ਪਏ ਨੇ ਇੱਥੇ ਕਮਾਂਦ ਜਿਹੜਾ ਗੱਡੀ ਜਾ ਚਾਹ ਲਮਾਈ ਮੈਂ ਕਰੀ ਤੇ ਦੇ ਵੀ ਅੱਜ ਆਪਣੇ ਘਰ ਨੂੰ ਗਿਆ ਖਲਾ ਜਾਂਦਾ ਤਾਂ ਰੋਜ਼ ਹੈ ਦਾਨੀ ਸੋਬੀਆ ਦੀ ਜੁੱਤੀ ਚਾਹ ਲੇ ਕੌਣ ਕੀ ਕੀਤਾ ਇਸੋ ਅੱਛਾ ਮੋਢਾ ਉਤਾ ਕਰ ਬਟਨ ਮੋੜਨ ਦਿੰਦੀ ਆ ਹਲ ਵਏ ਪੈਨੇ ਤੇ ਮਾਸ਼ਾਅੱਲਾ ਲੱਕੜ ਮੇਰੀ ਦੇ ਚੁੱਗੀ ਲਜਾਂਦੀ ਅੱਗ ਵਾਸਤੇ ਅੱਗ ਬਾਲਣ ਕਰ ਜੀ ਇਹ ਤਾਂ ਨਹੀਂ ਤਾਂ ਸਮਝ ਆਇਆ ਮੇਰੇ ਬਾਲਾਂ ਨੂੰ ਚਲੋ ਟੁਰੋ ਮੇਰੇ ਕੋਲ ਆਰਾਮ ਆਰਾਮ ਨਾਲ ਟੁਰਿਆ ਜਾਂਦਾ ਪਿਆ ਜੁੱਤੀ ਦੀ ਵਜ੍ਹਾ ਤੂੰ ਓ ਸੋਬੀਆ ਹਾਂਜੀ ਮਕਈ ਹੋਈ ਖਲੀਏ ਬਾਈ ਹੋਰੀ ਗਾਹ ਪੱਟਦੇ ਹੁੰਦੇ ਨੇ ਇਮਰਾਨ ਹੋਰੀ ਵੀਵੇਂ ਗਾਹ ਪੱਟ ਲੈਂਦੇ ਨੇ ਆਹ ਕਮਾਂਦਾ ਹੀ ਚੂਈ ਪੱਟਦੇ ਨੇ ਜਾ ਇਤਨੀ ਗਰਮੀ ਆਉਂਦੀ ਤੇ ਇਹਨਾਂ ਦੇ ਵਿੱਚ ਵਾੜ ਕੇ ਗਾਹ ਪੱਟਣਾ ਪੈਂਦਾ ਹੈ ਆਹ ਮੇਰੀ ਜੁੱਤੀ ਚਾਹ ਲਓ ਮੈਂ ਪੈਰੂ ਹੀ ਲਾ ਲੈਂਦੀ ਤਾਂ ਨਹੀਂ ਚਾਹ ਲਾ ਸਹੀ ਹੈ ਜੁੱਤੀਆਂ ਸਹੀ ਹੈ